ਕਾਂਗਰਸ ਦੇ ਨੇਤਾ ਪ੍ਰਤਾਪ ਬਾਜਵਾ, ਗੁਰਜੀਤ ਔਜਲਾ, ਜਸਵੀਰ ਡਿੰਪਾ ਅਤੇ ਫਤਿਹ ਜੰਗ ਬਾਜਵਾ ਪਹੁੰਚੇ ਬਟਾਲਾ ਖੱਟਰ ਸਰਕਾਰ ਤੇ ਸਾਧੇ ਨਿਸ਼ਾਨੇ ਅਤੇ ਕਿਹਾ ਕਿ ਪੰਜਾਬ ਕਾਂਗਰਸ ਇਕਜੁੱਟ ਪ੍ਰਤਾਪ ਬਾਜਵਾ ਲੜਨਗੇ ਜ਼ਿਲ੍ਹਾ ਗੁਰਦਾਸਪੁਰ ਤੋਂ ਵਿਧਾਨ ਸਭਾ ਚੋਣ। ਕਿਸਾਨਾਂ ਨੂੰ ਲੈ ਕੇ ਹਰਿਆਣਾ ਦੀ ਸਰਕਾਰ ਬੇਰੁੱਖਾ ਰੁੱਖ ਅਤੇ ਜਨਰਲ ਐਡਵਾਇਰ ਬਣਨਾ ਛੱਡ ਦੇਵੇ, ਇਹ ਕਹਿਣਾ ਹੈ ਕਾਂਗਰਸ ਦੇ ਨੇਤਾ ਪ੍ਰਤਾਪ ਬਾਜਵਾ, ਗੁਰਜੀਤ ਔਜਲਾ ਅਤੇ ਜਸਵੀਰ ਡਿੰਪਾ ਦਾ, ਜੋ ਬਟਾਲਾ ਵਿੱਚ ਬਟਾਲਾ ਇੰਪਰੂਵਮੈਂਟ ਟਰੱਸਟ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨਾਂ ਦੇ ਅਹੁਦਾ ਸੰਭਾਲਣ ਮੌਕੇ ਪਹੁੰਚੇ ਹੋਏ ਸੀ। ਇਸ ਮੌਕੇ ਪ੍ਰਤਾਪ ਬਾਜਵਾ ਨੇ ਵਿਧਾਨ ਸਭਾ ਚੋਣਾਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੀ ਲੜਨ ਦੀ ਦਿਹਾੜ ਵੀ ਮਾਰੀ। ਇਸ ਮੌਕੇ MLA ਫਤਿਹ ਜੰਗ ਬਾਜਵਾ, MLA ਬਲਵਿੰਦਰ ਸਿੰਘ ਲਾਡੀ ਸਮੇਤ ਹੋਰ ਵੀ ਕਾਂਗਰਸੀ ਨੇਤਾ ਵੀ ਮੌਜੂਦ ਰਹੇ। ਬਕਾਇਦਾ ਤੌਰ 'ਤੇ ਟੇਪ ਲੋਕਾਂ ਨੇ ਟੇਪ ਕੀਤਾ ਕਹਿੰਦੇ ਹੋਏ ਪੁਲਿਸ ਅਫਸਰਸ ਨੂੰ ਕਿ ਜੇ ਤੁਸੀਂ ਕਿਸਾਨਾਂ ਦੇ ਸਿਰ ਨਾ ਫੋੜੇ, ਭੰਨੇ ਨਾ, ਸਿਰ ਨਾ ਪਾੜੇ, ਤਾਂ ਫਿਰ ਤੁਹਾਡੇ 'ਚੋਂ ਕੋਈ ਸੁੱਕਾ ਨਹੀਂ ਜਾਏਗਾ। ਅਤੇ ਇਹ ਮੈਂ ਸਮਝਣਾ ਕਿ ਡਾਇਰੈਕਟਲੀ ਇਹ ਇੰਸਟਰਕਸ਼ਨਸ ਖੱਟੜ ਸਾਹਿਬ ਦੀਆਂ ਅਤੇ CMO ਦੀਆਂ ਸੀ, ਕਿਉਂਕਿ ਖੱਟੜ ਸਾਹਿਬ ਦਾ ਆਪਣਾ ਡਿਸਟ੍ਰਿਕਟ ਵੀ ਉਹ ਹੀ ਹੈ। ਪਿਛਲੇ 6 ਮਹੀਨਿਆਂ ਤੋਂ ਜਦੋਂ ਦਾ ਅੰਦੋਲਨ ਚੱਲਦਿਆਂ ਨੂੰ ਤਾਂ 1 ਸਾਲ ਹੋ ਗਿਆ, ਬਟ ਤਕਰੀਬਨ 6 ਮਹੀਨੇ ਹੋ ਗਏ ਨੇ ਜਦੋਂ ਦਾ ਖੱਟੜ ਸਾਹਿਬ ਦਾ ਆਪਣਾ ਹੈਲੀਕਾਪਟਰ ਕਰਨਾਲ ਦੀ ਆਪਣੀ ਸੀਟ ਉਹਨਾਂ 'ਤੇ ਨਹੀਂ ਉਤਰ ਸਕਿਆ। ਸੋ ਇਹਦੀ ਡਾਇਰੈਕਟ ਜ਼ਿੰਮੇਵਾਰੀ ਜੋ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਹੀ ਹੈ ਡਾਇਰੈਕਟਲੀ ਖੱਟੜ CM ਖੱਟੜ ਸਾਹਿਬ 'ਤੇ ਹੈ। ਅਤੇ ਮੈਂ ਇਹ ਗੱਲ ਕਹਾਂਗਾ, ਜਾਂ ਤਾਂ 302 ਦਾ IPC ਥੱਲੇ ਕੇਸ ਰਜਿਸਟਰ ਕੀਤਾ ਜਾਏ ਉਸ IAS ਅਫਸਰ, ਜੇ ਨਹੀਂ ਕਰਦੇ ਤੇ ਫਿਰ ਖੱਟੜ ਸਾਹਿਬ ਜਿਹੜੇ ਨੇ ਉਹ ਅਸਤੀਫਾ ਦੇਣ, ਕਿਉਂਕਿ ਡਾਇਰੈਕਟਲੀ ਉਹ ਰਿਸਪੋਂਸੀਬਲ। ਵੇਖੋ, ਮੇਰੀ ਮਿਸਿਸ ਗਾਂਧੀ ਦੇ ਨਾਲ ਮੀਟਿੰਗ ਹੋ ਚੁੱਕੀ ਹੈ, ਸੋਨੀਆ ਜੀ ਨਾਲ, ਸਾਡੇ ਕਾਂਗਰਸ ਅਧਿਕਸ਼ਾ ਨੇ, ਮੇਰੀ ਰਾਹੁਲ ਗਾਂਧੀ ਜੀ ਨਾਲ ਹੋ ਚੁੱਕੀ ਹੈ, ਮੇਰੀ ਗੱਲ ਕਾਂਗਰਸ ਦੀ ਸਮੂਹ ਲੀਡਰਸ਼ਿਪ ਜਿਹੜੀ ਉਹਦੇ ਨਾਲ ਵੀ ਹੋ ਚੁੱਕੀ ਹੈ। ਐਂਡ ਉਹਨਾਂ ਨੂੰ ਮੈਂ ਇਹ ਗੱਲ ਕਹੀ ਹੈ ਕਿ ਮੇਰੀ ਟਰਮ ਜਿਹੜੀ ਅਪ੍ਰੈਲ ਦੇ ਵਿੱਚ ਐਂਡ ਹੋਣੀ ਅਗਲੇ ਸਾਲ, ਉਸ ਤੋਂ ਪਹਿਲੇ ਅਸੈਂਬਲੀ ਦੀਆਂ ਇਲੈਕਸ਼ਨਾਂ ਹੋਣੀਆਂ, ਅਤੇ ਮੈਂ ਚਾਹਾਂਗਾ ਕਿ ਮੈਂ ਪੰਜਾਬ ਦੀ ਜਿਹੜੀ ਰਾਜਨੀਤੀ ਉਹਦੇ ਵਿੱਚ ਫੇਰ ਆਉਣਾ ਚਾਹੁੰਦਾ, ਆਪਣੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ। ਸਾਰਿਆਂ ਨੇ ਯੈਸ ਕੀਤੀ ਹੈ, ਫੈਸਲਾ ਉਹਨਾਂ 'ਤੇ ਲੜਨਾ ਮੈਂ ਗੁਰਦਾਸਪੁਰ ਜ਼ਿਲ੍ਹੇ 'ਚ। ਮੈਂ ਇਹ ਕੁਝ ਨਹੀਂ, ਤੁਸੀਂ ਸ਼ਰਾਰਤਨ ਸਵਾਲ ਨਾ ਕਰੋ, ਤੁਸੀਂ ਸਾਡੇ ਛੋਟੇ ਵੀਰ ਹੋ, ਪਿਆਰ ਵਾਲੇ ਹੋ, ਮੈਂ ਐਜ਼ ਅ ਵਰਕਰ ਆਵਾਂਗਾ ਨਾ। ਹਾਂ, ਤੁਸੀਂ ਫਿਰ ਉਹੀ ਕੰਮ ਸ਼ੁਰੂ ਕਰਤਾ, ਜਦੋਂ ਮੈਂ ਤੁਹਾਨੂੰ ਗੱਲ ਕਹਿ ਦਿੱਤੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ, ਉਹਨਾਂ ਨੂੰ ਪਾਰਟੀ ਜਿਹੜੀ ਸਾਡੀ ਹੈ ਉਹਦਾ ਬਕਾਇਦਾ ਤੌਰ ਸਾਰੀ ਦਾ ਉਹਨਾਂ ਨੂੰ ਫੁੱਲ ਉਹਨਾਂ ਨੂੰ ਫੇਥ ਹੈ। ਅਸੀਂ ਵੀ ਕੈਪਟਨ ਅਮਰਿੰਦਰ ਸਿੰਘ ਦੇ ਮੋਢੇ ਨਾਲ ਮੋਢਾ ਲਾ ਕੇ, ਕਦਮ ਨਾਲ ਕਦਮ ਲਾ ਕੇ, ਸਾ ਨਵਜੋਤ ਸਿੰਘ ਸਿੱਧੂ ਨਾਲ ਵੀ, ਉਹ ਸਾਡੇ ਛੋਟੇ ਭਾਈ ਨੇ। ਮੈਂ ਚਾਹਾਂਗਾ ਕਾਂਗਰਸ ਜਿੱਤ ਕੇ ਨਿਕਲੇ। ਅੱਜ ਕੋਈ ਲੀਡਰਸ਼ਿਪ ਆਲਰੇਡੀ ਇਸਟੈਬਲਿਸ਼ ਲੀਡਰਸ਼ਿਪ ਹੈ, ਰਾਵਤ ਸਾਹਿਬ ਨੇ 2 ਦਿਨ ਪਹਿਲੇ ਬਿਆਨ ਵੀ ਦਿੱਤਾ ਹੈ। ਲੈਟ ਅਸ ਨੋਟ ਗੈਟ ਇਨ ਟੂ ਕਨਫਿਊਜ਼ਨ, ਐਡ ਨਾ ਕਰੀਏ। ਪੰਜਾਬ ਦੇ ਲੋਕ ਚਾਹੁੰਦੇ ਨੇ ਸਮੁੱਚੀ ਕਾਂਗਰਸ ਇੱਕ ਹੋ ਕੇ ਲੜੇ। ਮੁਬਾਰਕਬਾਦ ਦੇਣਾ ਚਾਹੁੰਦਾ ਸਾਰੇ ਪੰਜਾਬ ਦੇ ਵਿੱਚ। ਅੱਜ 750 ਤੋਂ 1500 ਪੈਨਸ਼ਨ ਕਰ ਦਿੱਤੀ ਗਈ ਹੈ, ਔਰ ਕੈਪਟਨ ਅਮਰਿੰਦਰ ਸਿੰਘ ਨੂੰ ਇਹਦੀਆਂ ਬਹੁਤ ਬਹੁਤ ਮੁਬਾਰਕਾਂ। ਸਾਡੇ ਮੰਤਰੀ ਸਾਹਿਬ ਉਹਨਾਂ ਨੂੰ ਵਧਾਈਆਂ, ਅਤੇ ਸਾਰੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਵਧਾਈ। ਬਾਜਵਾ ਸਾਹਿਬ ਨੇ ਐਲਾਨ ਕਰਤਾ ਜੀ ਕਿ ਜ਼ਿਲ੍ਹਾ ਗੁਰਦਾਸਪੁਰ 'ਚ ਲੜਿਆ ਜਾਏਗਾ, ਕੀ ਲੱਗਦਾ ਕਿਸ ਹਲਕੇ ਦੇ ਵਿੱਚ ਸੰਭਾਲਣਗੇ? ਦੇਖੋ, ਉਹਨਾਂ ਨੇ ਬੜਾ ਕਲੀਅਰ ਕੀਤਾ ਹੈ ਵੀ ਜਿੱਥੇ ਵੀ ਪਾਰਟੀ ਹਾਈ ਕਮਾਨ ਜਿੱਥੇ ਵੀ ਉਹਨਾਂ ਦੀ ਡਿਊਟੀ ਲਾਏਗੀ ਉੱਥੋਂ ਲੜ ਲੈਣਗੇ। ਗੁਰਦਾਸਪੁਰ ਸਾਰਾ ਉਹਨਾਂ ਦਾ ਘਰ ਆ, ਜਿੱਥੇ ਵੀ ਪਾਰਟੀ ਹਾਈਕਮਾਂਡ ਠੀਕ ਸਮਝੇ, ਕੈਪਟਨ ਅਮਰਿੰਦਰ ਸਿੰਘ ਹੋਰੀ ਠੀਕ ਸਮਝਣ, ਇਹ ਤਾਲਮੇਲ ਤਾਂ ਸੋਨੀਆ ਗਾਂਧੀ ਜੀ ਅਤੇ ਰਾਹੁਲ ਜੀ ਨੇ। ਲੱਗਦਾ ਕਿ ਕਿਸੇ ਨਾ ਕਿਸੇ ਸਿਟਿੰਗ MLA ਦੀ ਬਲੀ ਦਿੱਤੀ ਜਾਏਗੀ? ਇਹ ਬਲੀ ਵਾਲੀ ਤਾਂ ਗੱਲ ਹੀ ਕੋਈ ਨਹੀਂ, ਬਲੀ ਵਾਲੀ ਕੋਈ ਗੱਲ ਨਹੀਂ। ਸਾਰਾ ਪਰਿਵਾਰ ਉਹਨਾਂ ਨੇ ਤਾਂ ਕਿਹਾ ਵੀ ਸਾਰਾ ਪਰਿਵਾਰ ਹੈ ਸਾਡਾ, ਅਤੇ ਇਹਦੇ ਵਿੱਚ ਬਲੀ ਵਾਲੀ ਗੱਲ ਕੋਈ ਨਹੀਂ। ਜੇ ਉਹਨਾਂ ਦਾ ਮਨ ਸੀ ਨੇ, ਲੀਡਰ ਨੇ, ਅਤੇ ਜੇ ਉਹ ਗੁਰਦਾਸਪੁਰ ਆ ਕੇ ਸੇਵਾ ਕਰਨਾ ਚਾਹੁੰਦੇ, ਮੈਂ ਕਹਿੰਦਾ ਇੱਕ ਖੁਸ਼ਕਿਸਮਤੀ ਹੈ ਸਾਰੇ ਜ਼ਿਲ੍ਹੇ ਦੀ ਵੀ ਇੱਕ ਸੀਨੀਅਰ ਲੀਡਰ ਆ ਕੇ ਆਪਣੇ ਹਲਕੇ ਦੀ, ਆਪਣੇ ਜ਼ਿਲ੍ਹੇ ਦੀ ਸੇਵਾ ਕਰਨਾ ਚਾਹੁੰਦਾ। ਜਿਸ ਤਰੀਕੇ ਨਾਲ ਅੱਜ ਸਾਰੇ ਸਟੇਜ ਉੱਤੇ ਅਹਿਮ ਨੇਤਾ ਇਕੱਠੇ ਦਿਖਾਈ ਦਿੱਤੇ ਆ, ਆਉਣ ਵਾਲਾ ਸਮਾਂ ਕਾਂਗਰਸ ਦਾ ਕਿਸ ਤਰੀਕੇ ਦਾ ਆਉਣ ਵਾਲਾ ਸਮਾਂ ਕਿਸ ਤਰੀਕੇ ਦਾ ਰਹੇਗਾ? ਇਹਨਾਂ ਨੇ ਹਰ ਹਰ ਬਾ ਵਰਤਿਆ ਕਿਸਾਨੀ ਅੰਦੋਲਨ ਨੂੰ ਖਤਮ ਕਰਦਾ, ਉਹਨੂੰ ਦਬਾਉਣ ਦਾ, ਜਿਸ ਦਾ ਨਤੀਜਾ ਇਹ ਆ ਕਿ ਅੱਜ 500 ਤੋਂ ਵੱਧ ਕਿਸਾਨ ਆਪਣੀ ਜਾਨ ਗਵਾ ਚੁੱਕਿਆ, ਅਤੇ 9-9 ਮਹੀਨਿਆਂ ਤੋਂ ਬਜ਼ੁਰਗ ਬੀਬੀਆਂ ਬੱਚੇ ਜਿਹੜੇ ਉਸ ਬਾਰਡਰਾਂ ਦੇ ਉੱਤੇ ਬੈਠੇ ਆ। ਮੈਂ ਦੋ ਚੀਜ਼ਾਂ ਤੁਹਾਨੂੰ ਦੱਸਣੀਆਂ ਚਾਹੁੰਦਾ, ਇੱਕ ਤਾਂ ਚੀਨ ਤੁਹਾਡੀ ਜ਼ਮੀਨ ਨੱਪੀ ਬੈਠਾ, ਇੱਕ ਪਾਕਿਸਤਾਨ ਰੋਜ਼ ਵੈਪਨ ਭੇਜ ਰਿਹਾ। ਜਦੋਂ ਇੰਟਰਨੈਸ਼ਨਲ ਬਾਰਡਰਸ 'ਤੇ ਤੁਹਾਡੀ ਸਥਿਤੀ ਇੰਨੀ ਮਾੜੀ ਹੈ, ਤਾਂ ਤੁਸੀਂ ਘਰੇ ਜਿਹੜਾ ਬਿਨਾਂ ਵਜ੍ਹਾ ਤੋਂ ਇਹ ਅਨਰੈਸਟ ਕਿਉਂ ਪੈਦਾ ਕੀਤੀ ਹੈ?
मोदी सरकार पंजाब दे विच हालात खराब करन दे ताक दे विच आ। ये किसानी अंदोलन जिहड़ा वा इसदी फौरी तौर ते दा मसला हल होना चाहिए, किसानां दीआं मंगां मन्नणियां चाहीदीआं।